ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਇੱਕ ਨੂਰ ਕ੍ਰੀਏਸ਼ਨ 'ਤੇ। ਅੱਜ ਮੈਂ ਤੁਹਾਨੂੰ ਪ੍ਰਿੰਟਡ ਸੂਟਸ ਦੇ ਉੱਪਰ ਇੰਬਰਾਇਡਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਜਿਹੜੇ ਉਹ ਸੂਟ ਦਿਖਾ ਰਹੀ ਹਾਂ। ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ ਇਹ ਦੱਸ ਦਿੰਦੀ ਹਾਂ ਕਿ ਸੇਮ ਪ੍ਰਿੰਟ ਨਹੀਂ ਮਿਲਣਗੇ ਦੁਬਾਰਾ, ਤੁਸੀਂ ਮੇਰੀ ਚੋਇਸ ਦੇ ਮਿਲਦੇ ਜੁਲਦੇ ਪ੍ਰਿੰਟਸ ਲੈ ਸਕਦੇ ਹੋ। ਅਤੇ ਉਹਨਾਂ ਦੇ ਉੱਪਰ ਇੰਬਰਾਇਡਰੀ ਤੁਸੀਂ ਸੇਮ ਕਰਵਾ ਸਕਦੇ ਹੋ, ਠੀਕ ਹੈ ਜੀ। ਅਤੇ ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ। ਸੂਟ ਇਹ ਚੈੱਕ ਦੇ ਉੱਤੇ ਹੈ, ਪਿਓਰ ਮਸਲੀਨ ਕੋਟਨ। ਅਤੇ ਇਹਦੇ 'ਤੇ ਆਪਾਂ ਨੇ ਇੱਦਾਂ ਚੈਸਟ ਦੇ ਉੱਤੇ ਇੰਬਰਾਇਡਰੀ ਕੀਤੀ ਹੈ, ਦੇਖ ਸਕਦੇ ਹੋ ਤੁਸੀਂ, ਬਹੁਤ ਪਿਆਰਾ ਪੀਸ ਬਣਿਆ ਹੈ। ਅਤੇ ਜਿਹੜੇ ਇਹਦੀ ਬਾਹਾਂ 'ਤੇ ਵਰਕ ਰਹੂਗਾ ਉਹ ਇੱਦਾਂ ਰਹੂਗਾ। ਤੁਸੀਂ ਇਹਦੇ ਨਾਲ ਮਿਲਦਾ ਜੁਲਦਾ ਪ੍ਰਿੰਟ ਲੈ ਕੇ ਵਰਕ ਸੇਮ ਕਰਵਾ ਸਕਦੇ ਹੋ। ਹਾਂਜੀ, ਜਿਹੜਾ ਇਹਦੇ ਨਾਲ ਦੁਪੱਟਾ ਸੀਗਾ ਆਲਰੇਡੀ ਉਹ ਪਹਿਲਾਂ ਪ੍ਰਿੰਟਡ ਹੀ ਸੀਗਾ, ਜਿਵੇਂ ਇਹਦੇ ਉੱਪਰ ਇਹ ਪ੍ਰਿੰਟਿੰਗ ਕੀਤੀ ਹੋਈ ਹੈ ਉਵੇਂ ਅਸੀਂ ਇੰਬਰਾਇਡਰੀ ਦਾ ਟੱਚ ਦਿੱਤਾ ਹੈ ਅਤੇ ਇਹਨੂੰ ਲੇਸ ਨਾਲ ਫਿਨਿਸ਼ ਕੀਤਾ ਹੈ, ਦੇਖ ਸਕਦੇ ਹੋ। ਅਤੇ ਉਸ ਤੋਂ ਬਾਅਦ ਇਹਦੇ ਨਾਲ ਸਲਵਾਰ ਰੈਡੀ ਹੋਈ ਹੈ ਅਤੇ ਉਹਦੀ ਫਿਨਿਸ਼ਿੰਗ ਅਸੀਂ ਲੇਸ ਨਾਲ ਕੀਤੀ ਹੈ ਜੀ। ਤੁਸੀਂ ਇਹਦਾ ਸਕਰੀਨਸ਼ੋਟ ਲੈ ਕੇ ਔਡਰ ਬੁੱਕ ਕਰਵਾ ਸਕਦੇ ਹੋ। ਹਾਂਜੀ, ਨੈਕਸਟ ਸੂਟ ਹੈ ਆਪਣਾ ਪ੍ਰਿੰਟਡ ਸੀ ਗ੍ਰੀਨ ਜੇ ਉੱਤੇ। ਇਹ ਗਲੇ ਦੇ ਉੱਤੇ ਆਪਾਂ ਨੇ ਬਟਨਸ ਲਗਾ ਕੇ ਸ਼ੋਲਡਰ ਤੋਂ ਇੱਦਾਂ ਡਿਜ਼ਾਈਨਿੰਗ ਕੀਤੀ ਹੈ ਇੰਬਰਾਇਡਰੀ ਦੀ, ਬਹੁਤ ਪਿਆਰਾ ਪੀਸ ਬਣਿਆ ਹੈ। ਅਤੇ ਇਹਦੀਆਂ ਬਾਹਾਂ ਤੁਸੀਂ ਦੇਖ ਸਕਦੇ ਹੋ, ਪਿੰਨ ਟੈਕਸ ਪਾ ਕੇ ਆਪਾਂ ਨੇ ਲੇਸਿਸ ਇਨਸਰਟ ਕੀਤੀਆਂ ਨੇ। ਉਸ ਤੋਂ ਬਾਅਦ ਘੇਰੇ 'ਤੇ ਵਰਕ ਲੇਸ ਇਨਸਰਟ ਕਰਕੇ ਜੋ ਸਲਵਾਰ 'ਤੇ ਵਰਕ ਹੈ ਇਹਦੇ, ਸਲਵਾਰ ਸਾਡੀ ਸਟ੍ਰੇਟ ਰਹੂਗੀ। ਤੁਸੀਂ ਦੇਖ ਸਕਦੇ ਹੋ ਇਹ ਫਰੰਟ ਦੇ ਉੱਪਰ ਬੂਟਾ ਆਊਗਾ, ਬਹੁਤ ਪਿਆਰਾ ਅਤੇ ਯੂਨੀਕ ਵਰਕ ਕੀਤਾ ਹੈ, ਫਰੰਟ ਤੋਂ ਦੇਖ ਸਕਦੇ ਹੋ ਤੁਸੀਂ। ਅਤੇ ਇਹਦੇ ਨਾਲ ਟਾਈ ਐਂਡ ਆਈ ਦੁਪੱਟਾ ਮਸਲੀਨ ਕੋਟਨ ਅਤੇ ਲੇਸ ਨਾਲ ਫਿਨਿਸ਼ਿੰਗ, ਇਹਦਾ ਵੀ ਤੁਸੀਂ ਸਕਰੀਨਸ਼ੋਟ ਲੈ ਕੇ ਔਡਰ ਬੁੱਕ ਕਰਵਾ ਸਕਦੇ ਹੋ। ਪ੍ਰਿੰਟ ਸੇਮ ਨਹੀਂ ਮਿਲੂਗਾ, ਬਾਈ ਚਾਂਸ ਹੁੰਦਾ ਹੈ ਸੇਮ ਮਿਲ ਸਕਦਾ ਹੈ, ਬਟ ਇਹਦੇ ਨਾਲ ਮਿਲਦਾ ਜੁਲਦਾ ਪ੍ਰਿੰਟ ਤੁਹਾਨੂੰ ਮਿਲ ਕੇ ਵਰਕ ਇੱਦਾਂ ਦਾ ਹੋ ਜੂਗਾ। ਇਸ ਤੋਂ ਬਾਅਦ ਹੈਗਾ ਜੀ ਸਾਡਾ ਪਰਪਲ ਜੀ ਸ਼ੇਡ ਦੇ ਉੱਤੇ, ਬਹੁਤ ਹੀ ਪਿਆਰਾ ਅਤੇ ਯੂਨੀਕ ਡਿਜ਼ਾਈਨ, ਦੇਖ ਸਕਦੇ ਹੋ ਗਲੇ ਤੋਂ ਲੈ ਕੇ ਘੇਰੇ ਤੱਕ ਬਟਨਸ ਦਿੱਤੇ ਹੋਏ ਨੇ, ਇੱਥੇ ਕੋਈ ਅਸੀਂ ਕੱਟ ਨਹੀਂ ਦਿੱਤਾ, ਬਟ ਡਿਜ਼ਾਈਨਿੰਗ ਹੈ ਜਿਹੜੀ ਕੱਟ ਵਰਕ ਦੀ ਤਰ੍ਹਾਂ ਹੈ, ਪਾਈਪਿੰਗ ਲਾ ਕੇ ਫਿਨਿਸ਼ਿੰਗ ਕੀਤੀ ਹੈ। ਅਤੇ ਇਹਦੀ ਬਾਹਾਂ ਦਾ ਵਰਕ ਦੇਖ ਸਕਦੇ ਹੋ ਤੁਸੀਂ, ਤੁਸੀਂ ਸੇਮ ਵਰਕ ਕਰਵਾ ਸਕਦੇ ਹੋ ਮਿਲਦੇ ਜੁਲਦੇ ਪ੍ਰਿੰਟ ਦੇ ਉੱਪਰ, ਬਹੁਤ ਪਿਆਰਾ ਪੀਸ ਬਣਿਆ ਹੈ। ਇਸ ਤੋਂ ਬਾਅਦ ਇਹਦੀ ਸਲਵਾਰ ਸਟ੍ਰੇਟ ਰੈਡੀ ਕੀਤੀ ਹੈ ਅਤੇ ਇਹਦੇ ਪੌਂਚਿਆਂ 'ਤੇ ਦੇਖੋ ਤੁਸੀਂ ਕਿੰਨਾ ਪਿਆਰਾ ਵਰਕ ਹੋਇਆ ਹੈ, ਨੇੜੇ ਤੋਂ ਦਿਖਾ ਦਿੰਦੀ ਤੁਹਾਨੂੰ। ਅਤੇ ਇਹਦੇ ਨਾਲ ਪਿਓਰ ਚਨੂਨ ਸ਼ਿਫੋਨ ਦਾ ਦੁਪੱਟਾ ਟਾਈ ਐਂਡ ਆਈ ਲੇਸ ਵਰਕ ਨਾਲ ਫਿਨਿਸ਼ਿੰਗ ਕੀਤੀ ਹੈ, ਇਹਦਾ ਵੀ ਤੁਸੀਂ ਸਕਰੀਨਸ਼ੋਟ ਲੈ ਕੇ ਔਡਰ ਬੁੱਕ ਕਰਵਾ ਸਕਦੇ ਹੋ। ਇਸ ਤੋਂ ਬਾਅਦ ਮੈਂ ਤੁਹਾਨੂੰ ਸਿਰਫ 3 ਕੁੜਤੀਜ਼ ਹੀ ਦਿਖਾਊਂਗੀ, ਇੱਕ ਕਸਟਮਰ ਨੇ ਸਿਰਫ ਕੁੜਤੀਜ਼ ਰੈਡੀ ਕਰਵਾਈਆਂ ਨੇ ਪਿਓਰ ਮਸਲੀਨ ਕੋਟਨ 'ਤੇ, ਡਿਜ਼ਾਈਨਿੰਗ ਦੇਖ ਸਕਦੇ ਹੋ ਗਲੇ 'ਤੇ। ਅਤੇ ਬਾਹਾਂ 'ਤੇ ਅਸੀਂ ਬਹੁਤ ਹੀ ਯੂਨੀਕ ਜੀ ਅਤੇ ਬਿਊਟੀਫੁੱਲ ਜੀ ਡਿਜ਼ਾਈਨਿੰਗ ਕੀਤੀ ਹੈ। ਇੱਦਾਂ ਦੀ ਡਿਜ਼ਾਈਨਿੰਗ ਲਈ ਤੁਸੀਂ ਕਿਸੇ ਵੀ ਸਟੱਫ 'ਤੇ ਜਾਂ ਫਿਰ ਕਲਰ ਕੋਂਬੀਨੇਸ਼ਨ 'ਤੇ, ਪਲੇਨ ਕਲਰ 'ਤੇ ਵੀ ਤੁਸੀਂ ਕਰਵਾ ਸਕਦੇ ਹੋ ਅਤੇ ਇਹਦਾ ਸਕਰੀਨਸ਼ੋਟ ਲੈ ਕੇ ਔਡਰ ਬੁੱਕ ਕਰਵਾ ਸਕਦੇ ਹੋ।
उस तो बाद साडा नैक्सट हैगा जी येलो जी शेड ते है विच क्रीम डार्क येलो ब्राउन दा टच प्योर मसलीन कॉटन ये भी कुर्ती रेडी हुई है। बाहां दा डिज़ाइन तुसी देख सकते हो ते घेरे ते इहदी डिज़ाइनिंग देख सकते हो। ये भी तुसी सेम डिज़ाइनिंग करवा के अपना ऑर्डर बुक करवा सकते हो। ये भी कस्टमर दी कुर्ती असी डिज़ाइन कीती है। पहला गले दा डिज़ाइन तुसी देखो सारा लेस वर्क नाल फिनिश किया है ते बाहां दी डिज़ाइनिंग तुसी देख सकते हो लेसिस उपरों लगा के ते इनसर्ट करके। तो नीचे एक घेरे ते वर्क आजूगा लेसिस इनसर्ट ने ते उपरों लगा के बाहां बड़िया ही ब्यूटीफुल ते यूनीक जिया बनिया ने अपनिया। इहदा भी तुसी ऑर्डर बुक करवा सकते हो। ये साड़ियाँ तीन कुर्तीज रेडी हुई ने इन्हों दे स्क्रीनशॉट लैके तुसी अपने ऑर्डर बुक करवा सकते हो। अगे आप एक नवी वीडियो दे नाल मिलांगे। उदों तक सारयां नूं जी सत श्री अकाल।